ਕਹਿੰਦੇ ਯਾਰ ਉਹ ਸੱਚ ਉਹ ਕਵਤਾ ਤੇਰੇ ਕੋਲ ਮਿਲ ਸਕਦੀ ਆ ਜਿਹੜੀ ਮੈਂ ਲਿਖੀ ਸੀ ਕਿ ਮਕਤੂਲ ਸੱਜਣ ਨੋਟ ਕਰਨ ਮੈਂ ਕਿਹਾ ਮੈਨੂੰ ਸਾਰੀ ਜਵਾਨੀ ਜਾਦਾ ਉਹਦੀਆਂ ਵਿੱਚ ਚਾਰ ਕਲ ਇਹਨਾਂ ਦਾ ਮਕਤੂਲ ਸੱਜਣ ਨੋਟ ਕਰਨ ਕੇ ਪਰੰਪਰਾ ਰਜਨਤਾ ਵਿਚਾਰ ਵੰਡੀ ਗਈ ਸੀ ਜੋ ਇੱਕ ਮਹਿੰਗੀ ਕਿਤਾਬ ਉਸਦਾ ਅਰਥ ਹਰਗਿਜ਼ ਲਹੂ ਨਹੀਂ ਸੀ ਸੁਹਾ ਗਲਾਬ ਸੀ ਸੁਹਾ ਗਲਾਬ ਵਾਹ ਇਸ ਤਰ੍ਹਾਂ ਉਹ ਸਾਰੀ ਮੈਂ ਸੁਣਾਤੀ ਅੱਛਾ ਮੈਂ ਕਿਹਾ ਇੱਕ ਪੱਤਰ ਭਾਜੀ ਹੋਰ ਜਦੋਂ ਤੁਸੀਂ ਸੁਰਜੀਤ ਪਾਤਰ ਨਹੀਂ ਸੀ ਸੁਰਜੀਤ ਪੱਤੜ ਸੀ ਹਾਂਜੀ ਪੱਤੜ ਕਲਾਂ ਪਿੰਡ ਸੀ ਨਾ ਤੇ ਉਦੋਂ ਦੀ ਇੱਕ ਕਾਲਜ ਮੈਗਜ਼ੀਨ 'ਚ ਤੁਹਾਡੀ ਕਵਤਾ ਛਪੀ ਸੀ ਉਹ ਬਹੁਤ ਅੱਛੀ ਕਵਤਾ ਉਹ ਤੁਸੀਂ ਕਿਸੇ ਕਿਤਾਬ 'ਚ ਕਿਉਂ ਨਹੀਂ ਸ਼ਾਮਲ ਕੀਤੀ ਹਾਂ ਕਹਿੰਦੇ ਕਿਹੜੀ ਹਾਂ ਯਾਰ ਮੇਰੀ ਤਾਂ ਮੇਰੇ ਕੋਲ ਤਾਂ ਹੈ ਹੀ ਨਹੀਂ ਮੈਂ ਕਿਹਾ ਉਹ ਵੀ ਮੈਨੂੰ ਸਾਰੀ ਜਵਾਨੀ ਜਾਦਾ ਕਹਿੰਦੇ ਯਾਰ ਉਹ ਵੀ ਭੇਜ ਦੇ ਫਿਰ ਉਹ ਸੁਣਿਓ ਕਵਤਾ ਕੀ ਸੀ ਕਿਆ ਉਹ ਉਦੋਂ ਹੀ ਦੇਖੋ ਤੁਸੀਂ ਜਦੋਂ ਪੱਤੜ ਹੁੰਦੇ ਆਂ ਕਿੰਨੀ ਸ਼ਾਨਦਾਰ ਕਵਤਾ ਲਿਖੀ ਮੇਰੇ ਨਾਲ ਤਾਂ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਸਭ ਆਗੇ ਮੌਕੇ ਮੁਤਾਬਕ ਰੰਗ ਕੇ ਚਿਹਰੇ ਤੇ ਮੈਂ ਨੰਗੇ ਹੀ মুখ ਉੱਥੇ ਜਾਖ ਲੋਇਆ ਵਾਹ ਜੀ ਵਾਹ ਮੇਰੇ ਨਾਲ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਸਭ ਆ ਗਏ ਮੌਕੇ ਮੁਤਾਬਕ ਰੰਗ ਕੇ ਚਿਹਰੇ ਤੇ ਮੈਂ ਨੰਗੇ ਹੀ ਮੁੱਖ ਉੱਤੇ ਜਾਖਲ ਹੋਇਆ ਜਸ਼ਨ ਵਾਲੇ ਹਮੇਸ਼ਾ ਮੈਨੂੰ ਇਕੱਲੇ ਨੂੰ ਬੁਲਾਉਂਦੇ ਸਨ ਪਰ ਮੇਰੇ ਮਨਹੂਸ ਪਰਛਾਵੇਂ ਹਮੇਸ਼ਾ ਲਾਮਡੋਰੀ ਬਣ ਕੇ ਮੇਰੇ ਨਾਲ ਜਾਂਦੇ ਸਨ ਮੈਂ ਮੋਈ ਮਾਂ ਨੂੰ ਬੜੀ ਵਾਰ ਵਰਜਿਆ ਕਿ ਸੁਪਨਿਆਂ 'ਚ ਨਾ ਆਇਆ ਕਰ ਪਰ ਉਸ ਦੀ ਹੋਂਦ ਮੈਨੂੰ ਇੰਜ ਚੰਬੜੀ ਹੈ ਜਿਵੇਂ ਉਸ ਦੇ ਜਿਸਮ ਨੂੰ ਰੋਗ ਤੇ ਆਖਰੀ ਲਾਈਨਾਂ ਦੇਖਿਓ ਕਹਿੰਦਾ ਖੁਸ਼ੀ ਤੇ ਜਸ਼ਨ ਵਿੱਚ ਹੂੰ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਜਸ਼ਨ ਵਾਲੀ ਹਜ਼ੂਰੀ ਨੂੰ ਭਲਾ ਰਾਸ ਹੁੰਦਾ ਹੈ ਵਾਹ ਜੀ ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਸ਼ਾਇਦ ਉਹੀ ਆਪਣੇ ਸਮੇਂ ਦਾ ਇਤਿਹਾਸ ਹੁੰਦਾ ਵਾਹ ਜੀ ਵਾਹ ਵਾਹ